ਵੇਟਾਂ ਦਾ ਵੀ ਸੱਚ ਇਹਦਾ ਹੱਲ ਕਰਨਾ, ਆਪਾਂ ਵੇਟ ਵੀ ਲੈ ਕੇ ਆਉਣੇ ਆ ਇਹਦੇ, ਟਾਈਮ ਜਿਹਾ ਹੀ ਨਹੀਂ ਲੱਗਦਾ, ਤੁਹਾਨੂੰ ਪਤਾ ਹੀ ਆ। ਹਲ ਜਦੋਂ ਐਂ ਜਾਂਦੇ ਆ ਨਾ, ਬੜਾ ਸੋਹਣਾ ਹੀ ਲੱਗਦੇ ਆ ਜਾਂਦੇ। ਜੱਟਾਂ ਦੇ ਮੁੰਡਿਆਂ ਨੂੰ ਤਾਂ ਪੰਜਾਬ 'ਚ ਸਭ ਤੋਂ ਜ਼ਿਆਦਾ ਝੋਨਾ ਲੱਗਦਾ, ਅਤੇ ਪੰਜਾਬ 'ਚ ਸਭ ਤੋਂ ਘੱਟ ਚੌਲ ਖਾਂਦੇ ਨੇ ਲੋਕ। ਲਓ ਜੀ ਉਰੇ ਟਰੈਕਟਰ ਕੋ ਆਏ ਸੀਗੇ, ਅਤੇ ਪੁਰਾਣੀਆਂ ਕਲੱਚ ਪਲੇਟਾਂ, ਪੁਰਾਣੀਆਂ ਕਿੱਥੇ ਬਈ, ਜੋਨ ਡੀਅਰ ਕਰੇ ਆਪ ਕਹਿੰਦੇ। ਆਹ ਸਾਰਾ ਸਮਾਨ ਆ ਮੇਰੇ ਵੀਰੋ, ਦਿਖਾਉਣੇ ਆ ਤੁਹਾਨੂੰ ਕੱਢ ਕੇ। ਆਪਣੀ ਪਤਾ ਕੀ ਗਲਤੀ ਸੀਗੀ ਜਿਹਦੇ ਕਰਕੇ ਕਲੱਚ ਪਲੇਟ ਛੇਤੀ ਉੱਡ ਗਈ ਵੀ। ਆਪਾਂ ਲਓ ਜੀ ਆਹ ਕਾਰ ਦੀ ਆਪਾਂ ਗ੍ਰਿੱਲ ਲਈ LED ਲੈਂਪ ਜੇ ਲਿਆਏ ਹਾਂ, ਇਹ ਵਾਧੂ ਪਏ ਜੇ ਸਾ। ਦੇਖੋ ਬਣਦੀ ਆ ਗੱਲ ਪੂਰੀ, ਘੈਂਟ ਲੱਗਦੀਆਂ ਲੱਗੀਆਂ ਹੋਈਆਂ। ਸਵਾਗਤ ਹੈ ਜੀ ਸਭ ਦਾ ਆਪਣੀ ਹੋਰ ਨਵੇਂ ਬਲੌਗ ਦੇ ਵਿੱਚ। ਅਤੇ ਮੇਰੇ ਵੀਰੋ ਹੁਣ ਆਪਾਂ ਚੱਲੇ ਸੀ ਦੋਲੋਂ ਵਾਲੀ ਮੋਟਰ 'ਤੇ, ਆਹ ਬੀ ਫੜਾ ਕੇ ਆਉਣਾ। ਦੇਖੋ ਬੀ ਆ ਇਹ 'ਚ, ਅਤੇ ਉੱਥੇ ਬਾਹੀ ਚੱਲਦੀ ਆ, ਡਿਊਜ਼ ਲੈ ਕੇ ਗਏ ਹੋਏ ਨੇ, ਚੱਲ ਕੇ ਤੁਹਾਨੂੰ ਦਿਖਾਉਂਦੇ ਹਾਂ, ਨਾਲੇ ਬੀ ਫੜਾ ਕੇ ਆਉਂਦੇ ਹਾਂ। ਯਾਰੇ ਬੁਲਟ 'ਤੇ ਜਾਣਾ, ਮੌਸਮ ਹੈਗਾ ਠੰਡਾ, ਆਰਾਮ ਨਾਲ ਨਜ਼ਾਰੇ 'ਚ ਚੱਲਦੇ ਹਾਂ। ਚਲੋ ਫਿਰ ਮੋਟਰ 'ਤੇ ਪਹੁੰਚ ਕੇ ਮਿਲਦੇ ਹਾਂ ਤੁਹਾਨੂੰ, ਅਤੇ ਚੱਲ ਕੇ ਆ ਬੀ ਵੀ ਫੜਾਉਂਦੇ ਹਾਂ, ਨਾਲੇ ਤੁਹਾਨੂੰ ਟਰੈਕਟਰ ਦਿਖਾਉਂਦੇ ਆ, ਕਹਿੰਦੇ ਵਾਹੁਣ ਲੱਗੇ ਹੋਏ ਨੇ। ਲਓ ਜੀ ਆਪਾਂ ਮੋਟਰ 'ਤੇ ਆ ਗਏ, ਅਤੇ ਉਹ ਫਿਰਦਾ ਕਹਿੰਦੇ ਡਿਊਲ, ਦੇਖੋ ਉੱਧਰ ਵਾਹ ਕੇ ਆਏ ਆ ਪੰਪ ਦੇ ਮਗਰਲੇ ਪਾਸੇ ਜਿਹੜੇ ਪਹੁੰਚਦੇ ਹਾਂ, ਅਤੇ ਆਹ ਫੜਾ ਕੇ ਦਵਾਈ ਲਓ ਜੀ ਉੱਧਰ ਪਰਲਾ ਵਾ ਕੇ ਇੱਧਰ ਆ ਗਏ ਹਾਂ। ਇੱਧਰ ਦੇਖੋ ਕਹਿੰਦੇ ਨਵੀਆਂ ਫਾਲੀਆਂ ਲਾਈਆਂ ਨੇ, ਬਾਕੀ ਵਧੀਆ ਲੱਗਦੇ ਆ ਹਾਲ ਪੂਰੇ, ਪੂਰਾ ਠਾਲੀਆਂ ਪਈਆਂ ਕਹਿੰਦੇ ਨਾਲ ਝੋਟ ਨੇ, ਸਪਰਿੰਗ ਬਹੁਤ ਆਵਾਜ਼ਾਂ ਕਰਦੇ ਨਵੀਆਂ ਫਾਲੀਆਂ ਕਰਕੇ, ਹੈ ਨਾ, ਵੱਢ ਵੱਢ ਸਿੱਟਦੇ ਆ ਕਹਿੰਦੇ ਖੱਤੇ ਨੂੰ, ਬਾਕੀ ਬਹਾਈ ਪੂਰੀ ਹੈ ਸਿਰਾ। ਟਰੈਕਟਰ ਦਾ ਝੋਟ ਆਈ ਆ ਇਹ, ਵੇਟਾਂ ਦਾ ਵੀ ਸੱਚ ਇਹਦਾ ਹੱਲ ਕਰਨਾ, ਆਪਾਂ ਵੇਟ ਵੀ ਲੈ ਕੇ ਆਉਣੇ ਆ ਇਹਦੇ, ਟਾਈਮ ਜਿਹਾ ਹੀ ਨਹੀਂ ਲੱਗਦਾ ਤੁਹਾਨੂੰ ਪਤਾ ਹੀ ਆ। ਫਿਰ ਦੇਖੋ ਹਾਲ, ਦੇਖੋ ਕਿੰਨੇ ਵਧੀਆ ਲੱਗਦੇ ਆ, ਦੇਖੋ ਜੀ ਕਹਿੰਦੇ ਕੰਮ ਕਿੰਨਾ ਸੋਹਣਾ ਚੱਲਦਾ। ਹਲ ਜਦੋਂ ਐਂ ਜਾਂਦੇ ਆ ਨਾ, ਬੜਾ ਸੋਹਣਾ ਹੀ ਲੱਗਦੇ ਆ ਜਾਂਦੇ। ਜੱਟਾਂ ਦੇ ਮੁੰਡਿਆਂ ਨੂੰ ਤਾਂ ਐਂ ਹਾਲ ਹੀ ਸੋਹਣੇ ਲੱਗਦੇ ਆ ਜਾਂਦੇ, ਸੈਟਿਸਫਾਈ ਹੋ ਜਾਂਦਾ ਬੰਦਾ। ਦੇਖੋ ਜਦੋਂ ਲੰਘਦੇ ਇੰਨੇ ਡੂੰਘੇ ਵਧੀਆ ਲੱਗਦੇ ਆ, ਰੌਣੀਆਂ ਵਾਲੇ ਖੱਤਿਆਂ 'ਚ ਤਾਂ ਬਾਹਲਾ ਨਜ਼ਾਰਾ ਆਉਂਦਾ ਹਲ ਫੇਰਨ ਦਾ। ਦੇਖੋ ਲੋ RPM 'ਤੇ ਚੱਲ ਰਿਹਾ ਟਰੈਕਟਰ, ਪੂਰਾ ਐਨ ਵਧੀਆ ਚੱਲਦਾ। ਵਾਹੀ ਜਾਂਦੇ ਆ ਬਾਕੀ ਖੇਤ, ਕੰਮ ਓਕੇ ਚੱਲੀ ਜਾਂਦਾ। ਦੇਖੋ ਬਾਕੀ, ਚਲੋ ਫਿਰ ਹੁਣ ਆਪਾਂ ਪਿੰਡ ਨੂੰ ਚੱਲਦੇ ਹਾਂ। ਆਪਾਂ ਚੱਲ ਕੇ ਪ੍ਰੈਸ਼ਰ ਪਲੇਟ, ਕਲੱਚ ਪਲੇਟਾਂ ਵਾਲਾ ਕੰਮ ਵੀ ਕਰਾਉਣਾ ਜੋਨ ਡੀਅਰ ਦਾ, ਅਤੇ ਜਿਹੜਾ ਆਪਾਂ ਬੀਜ ਲਿਆਂਦਾ ਉਹ ਹੈਗਾ ਬਾਜਰੇ ਦਾ, ਪੂਰੇ ਛਿੱਟਾ ਦੇ ਕੇ ਬਾਜਰਾ ਬੀਜਣਾ ਕਹਿੰਦੇ, ਸ਼ਾਇਦ ਆਹੀ ਕਿਆਰੇ 'ਚ ਬੀਜਣਾ ਪਤਾ ਨਹੀਂ ਕਿਹੜੇ 'ਚ, ਅਤੇ ਬੀਜ ਆਪਾਂ ਫੜਾਤਾ ਉੱਧਰ ਟਰੈਕਟਰ 'ਤੇ, ਅਤੇ ਉਹ ਕਹਿੰਦੇ ਅਸੀਂ ਛਿੱਟਾ ਦੇ ਕੇ ਬੀਜ ਦਾਂਗੇ। ਬੰਦੇ ਹੈਗੇ ਸਿੱਧੇ ਹੁਣੀ, ਦੇਖੋ ਫਿਰ ਦੇ ਕੇ ਉਹ। ਬਾਕੀ ਚਲੋ ਫਿਰ ਹੁਣ ਆਪਾਂ ਪਿੰਡ ਨੂੰ ਚੱਲਦੇ ਹਾਂ, ਰੋਟੀ ਖਾ ਕੇ ਫਿਰ ਦੇਖਦਾ ਪ੍ਰੈਸ਼ਰ ਪਲੇਟ ਵਗੈਰਾ ਲੈ ਕੇ ਆਉਂਦੇ ਹਾਂ। ਬਾਕੀ ਦੇਖੋ ਚੱਲਦਾ ਕਹਿੰਦੇ ਕਿਊਜ਼ ਪਾਰ, ਮੇਰੇ ਹਿਸਾਬ ਨਾਲ 2 wheel 'ਚ ਹੀ ਆ ਜੇ, ਪਤਾ ਨਹੀਂ ਬਾਕੀ 4 wheel 'ਚ ਵੀ ਹੋ ਸਕਦਾ। ਬਾਕੀ ਇਹਨੂੰ ਕੱਦੂ 'ਚ ਬਾੜਨ ਦੀ ਲੋੜ ਹੀ ਨਹੀਂ ਪਈ ਐਤਕੀ, ਕਿਉਂਕਿ ਕੱਦੂ ਆਪਾਂ ਮੈਸੀ ਨਾਲ ਹੀ ਨਿਬੇੜਤਾ, ਅਤੇ ਲਗਭਗ ਸਾਰਿਆਂ ਦਾ ਹੁਣ ਤਾਂ ਨਿਬੜ ਹੀ ਗਿਆ, ਕੱਦੂ ਨੇੜੇ ਹੀ ਆ ਆਪਣੇ, ਉਹ ਪਰਲੇ ਰਹਿੰਦੇ ਆ ਉਹ। ਦੇਖੋ ਉਹ ਕੰਧ ਦੇ ਨਾਲ ਨਾਲ ਆਪਾਂ ਉਦੋਂ ਵਾਹੇ ਸੀਗੇ, ਅਤੇ ਉੱਥੇ ਤੱਕ ਲੱਗ ਗਿਆ ਝੋਨਾ। ਉਹ ਦੇਖੋ ਉੱਪਰੇ, ਉਹ ਦੇਖੋ ਅੱਡੀ ਚਮਕਦਾ, ਆਹ ਬੀਜ ਦਾ ਫਰਕ ਦੇਖੋ, ਉਰਲਾ ਝੋਨਾ ਦੇਖੋ ਅਤੇ ਪਰਲਾ ਦੇਖੋ, ਉਹ ਲਾਈਟ ਗ੍ਰੀਨ ਆ, ਉਰਲਾ ਡਾਰਕ ਗ੍ਰੀਨ ਆ। ਓਕੇ ਰਿਪੋਰਟ ਹੈ ਨਾ। ਆਹ ਦੇਖੋ ਮੇਰੇ ਵੀਰੋ, ਆਹ ਉੱਦਾਂ ਆਪਾਂ ਵਾਹ ਕੇ ਗਏ ਸੀ ਜਿਹੜੇ ਸੁੱਕੇ ਕਿੱਲੇ 15, ਅਤੇ ਉਹ ਝੋਨਾ ਲੱਗ ਚੁੱਕਿਆ, ਮਗਰ ਦੇਖੋ ਮਤਲਬ ਆਹ ਮੂਹਰਲੇ 6 ਕਿੱਲੇ ਰਹਿ ਗਏ, 6-6.5 ਕਿੱਲੇ, ਅਤੇ ਦੇਖੋ ਇਹ ਵੀ ਵਾਹਤਾ ਸੀਗਾ ਗਿੱਲੇ ਤੋਂ ਬਾਅਦ, ਤਾਂ ਵਾਹੀ ਇੰਨੀ ਵਧੀਆ ਹੁੰਦੀ ਆ, ਹੁਣ ਮੀਂਹ ਪੈ ਗਿਆ ਨਾ, ਇਹ ਵੀ ਅੱਜ ਹੀ ਵਾਹ ਕੇ ਗਏ ਆ ਉਹ ਫਿਰਦਾ ਆਪਣਾ ਟਰੈਕਟਰ। ਉਹ ਦੇਖੋ ਫਿਰਦਾ ਕਹਿੰਦੇ ਉੱਧਰ, ਬਾਕੀ
ਇੱਧਰ ਚੈੱਕ ਕਰੋ ਕਹਿੰਦੇ ਝੋਨਾ ਲਗਭਗ ਹੁਣ ਤਾਂ ਸਾਰਿਆਂ ਦਾ ਲੱਗ ਹੀ ਗਿਆ। ਕਮੈਂਟਾਂ 'ਚ ਦੱਸੋ ਆਪਦੇ ਆਪਦੇ ਏਰੀਏ 'ਚ ਵੀ ਕਿੰਨਾ ਕਿੰਨਾ ਲੱਗ ਗਿਆ। ਆਪਣੇ ਤਾਂ ਨੇੜੇ ਹੀ ਆ ਕੰਮ, ਬਸ ਆ 4-5 ਦਿਨਾਂ ਦਾ, ਹਫ਼ਤੇ ਦਾ ਕੰਮ ਲਾ ਲਓ ਚਲੋ ਹੋਊਗਾ, ਕਿਉਂਕਿ ਬਾਸਮਤੀ ਵਗੈਰਾ ਰਹਿ ਗਈ, ਹੁਣ ਤਾਂ 26 ਰਹਿ ਗਿਆ ਜਾਂ ਬਾਸਮਤੀ ਰਹਿ ਗਈ ਉਹ ਲੱਗੂਗਾ। ਅਤੇ ਪੂਛਾ ਤਾਂ ਐਤਕੀ ਕਿਸੇ ਨੇ ਲਾਇਆ ਨਹੀਂ ਗਾ, ਤਾਂ ਹੀ ਕੋਈ ਚੱਕਰ ਹੀ ਨਹੀਂ ਪਿਆ, ਇਹਨੇ ਤਾਂ ਮਿੰਟੋ ਮਿੰਟ ਹੀ ਹੋ ਜਾਣਾ। ਊਂ ਪੂਛਾ ਵਧੀਆ ਸੀਗਾ, ਝਾੜ ਝੂੜ ਵਧੀਆ, ਬਸ ਉਹਦਾ ਇਹੀ ਚੱਕਰ ਸੀ, ਪਾਣੀ ਵੱਧ ਪੀਂਦਾ ਸੀ ਉਹ ਅਤੇ ਟਾਈਮ ਬਾਹਲਾ ਲੈਂਦਾ ਸੀ। ਚਲੋ ਕੋਈ ਨਹੀਂ, ਬਾਕੀ ਦੇਖੋ ਇਹਨੂੰ ਓਕੇ ਰਿਪੋਰਟਾਂ ਚੱਲਦੀਆਂ। ਝੋਨਾ ਦੇਖ ਲਓ, ਆਪਾਂ ਪੰਜਾਬ 'ਚ ਸਭ ਤੋਂ ਜ਼ਿਆਦਾ ਝੋਨਾ ਲੱਗਦਾ ਅਤੇ ਪੰਜਾਬ 'ਚ ਸਭ ਤੋਂ ਘੱਟ ਚੌਲ ਖਾਂਦੇ ਨੇ ਲੋਕ। ਇਹ ਕੋਈ ਮਤਲਬ ਸੈਂਸ ਬਣਦੀ ਨਹੀਂ ਹੈ ਨਾ ਆਪਣੀ, ਜਿਹੜੇ ਪੰਜਾਬ ਦੇ ਜੱਟ ਆ। ਪਰ ਆਪ ਕਰੇ ਵੀ ਕੀ, ਜੱਟ ਹੁਣ ਕਿਹੜੀ ਫਸਲ ਬੀਜੇ ਇੱਥੇ ਪੰਜਾਬ 'ਚ, ਹੋਰ ਕੋਈ ਲੋਟ ਨਹੀਂ ਆਉਂਦੀ। ਜੇ ਇਹ ਕਹਿਣ ਫਿਰ ਉਹ ਫਸਲ ਬੀਜ ਲਾਂਗੇ, ਹੁਣ ਝੋਨਾ ਅਤੇ ਕਣਕ 'ਚ ਹੀ ਸਰਦਾ ਆਪਣਾ ਤਾਂ, ਮੱਕੀ ਆਲੂ ਉਹ ਤਾਂ ਫਿਰ ਤੁਹਾਨੂੰ ਪਤਾ ਕੰਮ ਕਾਫੀ ਹੈ ਵੀ ਉਹ ਚਾਹੀਦਾ ਉਹਦੇ ਲਈ, ਕੀ ਕਹਿੰਦੇ ਸੰਦ ਤਕੜੇ ਚਾਹੀਦੇ ਆ। ਮੱਕੀ ਕੱਦੂ ਦਾ ਕੰਮ ਸੌਖਾ ਨਹੀਂ ਹੈਗਾ, ਜਿਹੜੇ ਕਰਦੇ ਆ ਉਹਨਾਂ ਨੂੰ ਹੀ ਪਤਾ। ਬਾਕੀ ਮੇਨ ਤਾਂ ਕਣਕ ਅਤੇ ਝੋਨਾ ਹੀ ਆ, ਸਭ ਨੂੰ ਪਤਾ ਹੀ ਹੋਣਾ। ਅਤੇ ਆਹ ਮੋਟਰ ਆਪਣੀ ਚੱਲਦੀ ਨਹੀਂ ਸੀ, ਇਹਦਾ ਟਰਾਂਸਫਾਰਮ ਦਾ ਜਿਹੜੇ ਚੋਰੀ ਹੋ ਗਈ ਸੀ ਤੁਸੀਂ ਪਿਛਲੇ ਵਲੋਗ 'ਚ ਦੇਖਿਆ ਹੋਣਾ, ਆਪਾਂ ਤਾਂ ਟਰਾਂਸਫਾਰਮ ਧਰ ਕੇ ਗਏ ਸੀ ਉਹ ਦੇਖੋ ਨਵਾਂ। ਬਾਕੀ ਹੁਣ ਜੇ ਮੋਟਰ ਚੱਲ ਪਈ ਉੱਧਰ ਪਾਣੀ ਛੱਡਿਆ ਹੋਣਾ, ਉਹ ਪਰਲੀ ਮੋਟਰ ਵੀ ਚੱਲਦੀ ਹੋਣੀ ਆ, ਉਹ ਵੀ ਆਪਣੀਆਂ, ਆਹ ਵੀ ਆਪਣੀਆਂ, ਦੋਨੇ ਆਪਣੀਆਂ ਮੋਟਰਾਂ ਨੇ। ਅਤੇ ਓਕੇ ਆ ਰਿਪੋਰਟਾਂ, ਉੱਧਰ ਕੰਮ ਚੱਲੀ ਜਾਂਦਾ। ਅਤੇ ਹੁਣ ਆਪਾਂ ਚੱਲਦੇ ਹਾਂ ਪਿੰਡ ਨੂੰ, ਫਿਰ ਪਿੰਡ ਪਹੁੰਚ ਕੇ ਤੁਹਾਨੂੰ ਮਿਲਦੇ ਹਾਂ, ਜਿਵੇਂ ਵੀ ਹੋਇਆ ਨਾਲ ਦੀ ਨਾਲ ਦਿਖਾਵਾਂਗੇ। ਝੋਟਾ ਦਾ ਆਹ ਖੜਾ ਕਹਿੰਦੇ ਬਲੈਕ ਹੋਰਸ, ਕਾਲਾ ਘੋੜਾ। ਅਤੇ ਦੇਖੋ ਡਿਊਸ ਦੀ ਗੁੱਡੀ ਚੈੱਕ ਕਰੋ, ਕਹਿੰਦੇ ਰੇਡੀਅਲ ਟਾਇਰਾਂ ਦੀ ਪੂਰਾ ਕਰਾਇਆ ਪਿਆ ਨਾ। ਚਲੋ ਫਿਰ ਚੱਲੀਏ ਹੁਣ ਪਿੰਡ, ਅਤੇ ਪਿੰਡ ਪਹੁੰਚ ਕੇ ਮਿਲਦੇ ਹਾਂ। ਹਾਂਜੀ ਮੇਰੇ ਵੀਰੋ, ਅਤੇ ਆਪਣੇ ਨਾ ਜਿਹੜਾ ਟਰੈਕਟਰ ਦਾ ਸਮਾਨ ਸੀ, ਕਲੱਚ ਪਲੇਟ ਵਗੈਰਾ ਵਗੈਰਾ, ਉਹ ਸਾਰਾ ਰਾਤ ਕੱਲ੍ਹ ਸ਼ਾਮ ਪਹੁੰਚ ਗਿਆ ਸੀ, ਆਪਾਂ ਮੰਗਾ ਲਿਆ ਸੀਗਾ ਏਜੰਸੀ 'ਚੋਂ। ਅਤੇ ਹੁਣ ਬਸ ਆਪਣਾ ਇਕੱਲਾ ਉਹ ਰਹਿ ਗਿਆ ਜਿਹੜਾ ਆਪਾਂ ਪ੍ਰੈਸ਼ਰ ਪਲੇਟ ਕੱਲ੍ਹ ਫੜਾ ਕੇ ਆਏ ਸੀਗੇ, ਇਕੱਲੀ ਉਹ ਲਿਆਉਣੀ ਰਹਿ ਗਈ, ਫਿਰ ਆਪਣਾ ਟਰੈਕਟਰ ਫਿੱਟ ਕਰ ਦੇਣਾ ਆਪਾਂ। ਅਤੇ ਬਾਕੀ ਸਾਰਾ ਸਮਾਨ ਆ ਗਿਆ, ਅਤੇ ਆਪਾਂ ਇੱਕ ਵਾਰ ਟਰੈਕਟਰ ਕੋਲ ਜਾ ਕੇ ਸਾਰਾ ਸਮਾਨ ਚੈੱਕ ਕਰਦੇ ਹਾਂ। ਫਿਰ ਪ੍ਰੈਸ਼ਰ ਪਲੇਟ ਵੀ ਲੈ ਕੇ ਆਉਣਾ, ਮੈਂ ਲਾਇਆ ਸੀ ਫੋਨ, ਬਾਈ ਕਹਿੰਦਾ ਬਸ ਚੱਲੀ ਜਾਂਦਾ ਉਹਦਾ ਕੰਮ, ਕਹਿੰਦਾ ਜਿਹੜਾ ਮਿਸਤਰੀ ਮੇਨ ਸੀਗਾ ਉਹ ਕਹਿੰਦਾ ਛੁੱਟੀ ਕਰ ਗਿਆ ਅੱਜ, ਤਾਂ ਹੀ ਕਹਿੰਦਾ ਸਾਨੂੰ ਥੋੜ੍ਹਾ ਟਾਈਮ ਲੱਗਦਾ। ਮੈਂ ਕੋਈ ਨਹੀਂ ਚਲੋ, ਅਤੇ ਬਾਕੀ ਪਹਿਲਾਂ ਹੁਣ ਟਰੈਕਟਰ ਕੋਲ ਗੇੜਾ ਕੱਢਾਂਗੇ, ਫਿਰ ਚੱਲਾਂਗੇ ਪ੍ਰੈਸ਼ਰ ਪਲੇਟ ਹੀ ਲੈਣ। ਅਤੇ ਓਕੇ ਰਿਪੋਰਟਾਂ ਚੱਲੀ ਜਾਂਦਾ ਕੰਮ ਵਧੀਆ ਸਾਰੇ ਪਾਸੇ। ਹਾਂਜੀ ਮੇਰੇ ਵੀਰੋ, ਬੁਲਟ ਕੱਢ ਲਿਆ ਆਪਾਂ, ਹੁਣ ਚੱਲਦੇ ਹਾਂ ਟਰੈਕਟਰ ਕੋਲ ਪਹਿਲਾਂ, ਅਤੇ ਫਿਰ ਉਹਦਾ ਫੇਸ ਲੈ ਕੇ ਆਵਾਂਗੇ ਫੇਸ। ਅਤੇ ਚਲੋ ਟਰੈਕਟਰ ਕੋਲ ਪਹੁੰਚ ਗਿਆ, ਮਿਲਦੇ ਹਾਂ ਤੁਹਾਨੂੰ, ਅਤੇ ਚੱਲ ਕੇ ਦਿਖਾਉਂਦੇ ਹਾਂ ਵੀ ਉਹਦਾ ਕੀ ਕੀ ਸਮਾਨ ਆ ਗਿਆ। ਲਓ ਜੀ ਉਹਦੇ ਟਰੈਕਟਰ ਕੋਲ ਆਏ ਸੀਗੇ, ਅਤੇ ਪੁਰਾਣੀਆਂ ਕਲੱਚ ਪਲੇਟਾਂ, ਪੁਰਾਣੀਆਂ ਕਿੱਥੇ ਪਈਆਂ ਹੈ ਸੋਧਵ? ਆਹ ਦੇਖੋ ਮੇਰੇ ਵੀਰੋ, ਆਹ ਪਈਆਂ ਪੁਰਾਣੀਆਂ ਦੀ ਹਾਲਤ ਚੈੱਕ ਕਰਨਾ, ਇਹੋ ਜਿਹੀਆਂ ਹੋਈਆਂ। ਹੁਣ ਆਪਾਂ ਨਵੀਆਂ ਲਿਆ ਕੇ ਤੁਹਾਨੂੰ ਦਿਖਾਵਾਂਗੇ ਅਤੇ ਫਰਕ ਦਿਖਾਵਾਂਗੇ ਦੋਹਾਂ ਦਾ। ਅਤੇ ਆਪਣਾ ਫੇਸ ਵੀ ਜਿਹਦਾ ਕਰਾਉਣਾ ਸੀਗਾ ਉਹ ਵੀ ਲੈ ਕੇ ਆਉਣਾ, ਅਤੇ ਦਿਖਾਉਂਦੇ ਹਾਂ ਫਿਰ ਤੁਹਾਨੂੰ ਨਾਲ ਦੀ ਨਾਲ। ਜੋਨਡੀਅਰ, ਜੋਨਡੀਅਰ ਕਰਿਆ ਕਹਿੰਦੇ, ਆਹ ਸਾਰਾ ਸਮਾਨ ਆ ਮੇਰੇ ਵੀਰੋ, ਦਿਖਾਉਂਦੇ ਹਾਂ ਤੁਹਾਨੂੰ ਕੱਢ ਕੇ ਬਾਹਰ। ਅਤੇ ਬਾਕੀ ਸਾਰਾ ਕੁਛ ਆ ਗਿਆ ਜਿੰਨਾ ਕੁਛ ਵੀ ਹੈਗਾ, ਜੋ ਕਿ ਅੱਜ ਨਹੀਂ ਕੱਲ੍ਹ ਨੂੰ ਬੰਨਿਆ ਜਾਊ ਟਰੈਕਟਰ। ਅੱਜ ਕੰਮ ਸੀਗਾ, ਅੱਜ ਨਾ ਇੱਕ ਇੱਥੇ ਆਪਣੇ ਨੇੜੇ ਟਰੈਕਟਰ ਦਾ ਐਕਸੀਡੈਂਟ ਹੋ ਗਿਆ ਕਿਸੇ ਦੇ, ਉਹ ਬੰਨਣ ਜਾਣਾ ਅੱਜ ਮਿਸਤਰੀ ਉਹਨਾਂ ਨੇ, ਤਾਂ ਕਰਕੇ ਆਪਾਂ ਤੁਹਾਨੂੰ ਸਮਾਨ ਬਾਹਰ ਕੱਢ ਕੇ ਕਹਿੰਦੇ ਜੋਨਡੀਅਰ ਦਿਖਾਉਂਦੇ ਹਾਂ। ਲਓ ਜੀ ਕਰੋ ਚੈੱਕ ਸਾਰੇ ਪਾਰਟ, ਇਹਦੇ ਵਿੱਚ ਮੇਰੇ ਹਿਸਾਬ ਨਾਲ ਕਲੱਚ ਪਲੇਟਾਂ, ਆਹ ਉਹੀ ਚੀਜ਼ ਆ ਰਿਹਾ, ਆਹ ਹਲਕਾ ਆਹ ਭਾਰਾ, ਅਤੇ ਆਹ ਜੀ ਮੇਨ ਸੀਲ ਜਿਹਦੇ ਕਰਕੇ ਆਪਾਂ ਟਰੈਕਟਰ ਖੋਲ੍ਹਿਆ ਸੀਗਾ, ਆਹ ਸੀਲ ਪਾਉਣੀ ਸੀ ਆਪਾਂ ਮੇਨ। ਅਤੇ ਜਦੋਂ ਕਲੱਚ ਪਲੇਟਾਂ ਦਾ ਕੰਮ ਨਿਕਲਿਆ ਆਪਾਂ ਕਿਹਾ ਚਲੋ ਕਲੱਚ ਪਲੇਟਾਂ ਵੀ ਨਾਲ ਹੀ ਕਰ ਦਿੰਦੇ ਹਾਂ, ਮੇਨ ਤਾਂ ਆਪਾਂ ਇਹਦੇ ਲਈ ਖੋਲ੍ਹਿਆ ਸੀ ਟਰੈਕਟਰ ਜਿਹੜਾ ਲੀਕ ਹੁੰਦਾ ਸੀਗਾ। ਅਤੇ ਸਮਾਨ ਕਰੋ ਜੈਕ ਕਹਿੰਦੇ, ਅੱਜ
ਅੱਜ ਤੁਹਾਨੂੰ ਜਾ ਕੇ ਨਾ ਆਪਾਂ ਉਹ ਦਿਖਾ ਦਾਂਗੇ ਕੰਪੈਰੀਜ਼ਨ ਵੀ ਨਵੀਂ ਅਤੇ ਪੁਰਾਣੀ ਦਾ ਕੀ ਫਰਕ ਆ। ਬਾਕੀ ਹੁਣ ਕੱਢ ਕੇ ਦੇਖਦੇ ਹਾਂ ਬਾਹਰ ਤੋਂ ਦਿਖਾਉਂਦੇ ਹਾਂ ਤੁਹਾਨੂੰ ਨਾਲ ਦੇ ਨਾਲ। ਬਾਕੀ ਪੈਕਿੰਗ ਚੈੱਕ ਕਰੋ ਇਹਦੇ ਵੀ ਢੋਲਾ, ਓਰੀਜਨਲ ਚੀਜ਼ ਤਾਂ ਫਿਰ ਓਰੀਜਨਲ ਹੀ ਹੁੰਦੀ ਆ, ਕਹਿੰਦੇ ਜੈਨੂਅਨ ਪਾਰਟ ਆ ਦੇਖੋ ਉਹਦੇ ਵੀ ਲਿਖਿਆ ਹੋਇਆ, ਓਰੀਜਨਲ ਤਾਂ ਫਿਰ ਓਰੀਜਨਲ ਹੀ ਹੁੰਦੀ ਆ। ਅਤੇ ਆਹ ਦੇਖੋ ਅੰਦਰ ਵੀ ਫਿਰ ਇੰਨੀ ਕਵਰ ਅਪ ਕਰਕੇ ਦਿੱਤੀ ਹੋਈ ਕੱਚ ਪਲੇਟ, ਬਾਹਰ ਨਹੀਂ ਨਿਕਲਦੀ, ਇੱਕ ਹੱਥ ਨਾਲ ਕੱਢਣਾ ਔਖਾ। ਜਦੋਂ ਇਹਨੂੰ ਬਾਹਰ ਕੱਢ ਕੇ ਫਿਰ ਮਿਲਦੇ ਹਾਂ ਅਤੇ ਦਿਖਾਉਂਦੇ ਹਾਂ ਤੁਹਾਨੂੰ ਫਰਕ। ਪਿਛਲੀ ਕਲਿੱਪ 'ਚ ਤੁਸੀਂ ਜਿਹੜੀ ਆਪਾਂ ਉੱਥੇ ਬਣਾਈ ਸੀ ਉਹ 'ਚ ਦੇਖ ਲਿਆ ਹੋਣਾ ਵੀ ਕੀ ਹਾਲ ਸੀਗਾ ਕਲੱਚ ਪਲੇਟਾਂ ਦਾ, ਜਿਵੇਂ ਹੀ ਨਾਲ ਲੱਗੀਆਂ ਪਈਆਂ ਸੀ। ਅਤੇ ਹੁਣ ਆਹ ਦਿਖਾਉਂਦੇ ਹਾਂ ਤੁਹਾਨੂੰ, ਲਓ ਜੀ ਤਰੋ ਚੈੱਕ ਕਹਿੰਦੇ ਦੇਖੋ ਕਿੰਨੀ ਤਕੜੀ ਆ, ਕਹਿੰਦੇ ਇਹ ਨਾ ਹੈਵੀ ਮਾਡਲ ਆ ਗਈ ਦੇਖੋ, ਇਹ ਐਂ ਤੁਹਾਨੂੰ ਚਾਜਰਾਂ ਪਤਾ ਨਹੀਂ ਲੱਗਣਾ, ਉਹਨੂੰ ਆਈਡੀਆ ਆ ਜੂ ਵੀ ਏਡੀ ਹੁੰਦੀ ਕਲੱਚ ਪਲੇਟ ਦੀ। ਅਤੇ ਆਪਣੇ ਵਾਲੀ ਜਮ੍ਹਾਂ ਹੀ ਨਾਲ ਲੱਗੀ ਪਈ ਆ ਇਹਦੇ। ਅਤੇ ਆਹ ਦੇਖੋ ਕਿੰਨੀ, ਇਹ ਤਾਂ ਦੂਜਾ ਪਾਰਟ ਇਹ 'ਚ ਪਿਆ ਵਾਲੇ ਡੱਬੇ 'ਚ, ਉਹ ਆ ਗਿਆ ਉੱਪਰ ਦਾ ਜਿਹੜਾ ਲੱਗਦਾ। ਅਤੇ ਆਪਾਂ ਪ੍ਰੈਸ਼ਰ ਪਲੇਟ ਦਾ ਉਹ ਦਿੱਤਾ ਹੋਇਆ ਫੇਸ ਬਣਦਾ, ਜਿਵੇਂ ਇਹਦਾ ਫੇਸ ਆ ਨਾ, ਆਹ ਦੇਖੋ ਇਹਦਾ ਫੇਸ ਆ, ਐਵੇਂ ਫੇਸ ਬਣ ਜਾਣਾ ਪ੍ਰੈਸ਼ਰ ਪਲੇਟ 'ਤੇ। ਅਤੇ ਫਿਰ ਐਨ ਓਕੇ ਹੋ ਜਾਣਾ ਪਾਰਟ, ਹੋਰ ਜ਼ਿਆਦਾ ਜ਼ੋਰ ਮਾਰੂ ਟਰੈਕਟਰ। ਅਤੇ ਇੱਕ ਮੈਂ ਜ਼ਰੂਰੀ ਚੀਜ਼ ਦੱਸਣੀ ਤੁਹਾਨੂੰ ਜੋਨਡੀਅਰ ਬਾਰੇ, ਜੋਨਡੀਅਰ ਹੋ ਗਿਆ ਕੋਈ ਵੀ ਟਰੈਕਟਰ ਹੋ ਗਿਆ, ਜਿੰਨਾ ਮੇਰੇ ਵੀਰਾਂ ਕੋਲ ਹੈਗੇ ਆ ਨਾ ਟਰੈਕਟਰਾਂ ਦਾ, ਇੱਕ ਆਪਣੀ ਪਤਾ ਕੀ ਗਲਤੀ ਸੀਗੀ ਜਿਹਦੇ ਕਰਕੇ ਕਲੱਚ ਪਲੇਟ ਛੇਤੀ ਉੱਡ ਗਈ, ਵੀ ਆਪਾਂ ਜਦੋਂ ਟਰੈਕਟਰ ਦੇ ਨਾ ਕਲੱਚ 'ਚ ਥੋੜ੍ਹੇ ਕੁ ਟਾਈਮ ਬਾਅਦ ਨਾ ਟਾਇਟ ਹੋ ਜਾਂਦਾ ਕਲੱਚ, ਉਹ 'ਚ ਪਲੇ ਪਾਉਣੀ ਪੈਂਦੀ ਆ। ਅਤੇ ਉਹੀ ਆਪਾਂ ਤੋਂ ਕੰਮ ਹੋਇਆ ਨਹੀਂ, ਉਹਦੇ ਕਰਕੇ ਹੋ ਗਿਆ ਕਲੱਚ ਟਾਇਟ, ਅਤੇ ਪਲੇ ਆਪਾਂ ਪਾਈ ਨਹੀਂ ਗਈ, ਤਾਂ ਕਰਕੇ ਕਲੱਚ ਪਲੇਟ ਛੇਤੀ ਉੱਡ ਗਈ। ਬਾਕੀ ਐਂ ਨਹੀਂ ਤੁਹਾਨੂੰ ਸਮਝ ਆਉਣਾ, ਤੁਹਾਨੂੰ ਪੂਰੀ ਤਰ੍ਹਾਂ ਆਪਾਂ ਦਿਖਾਵਾਂਗੇ ਹੁਣ ਜਾ ਕੇ ਜਦੋਂ ਆਪਾਂ ਸਾਰੀ ਫਿਟਿੰਗ ਕਰਾਂਗੇ। ਅਤੇ ਵੀ ਕਲੱਚ ਇੰਨੀ ਮਤਲਬ ਜਿੰਨੀ ਕੁ ਪਲੇਅ ਰੱਖਣੀ ਹੁੰਦੀ ਆ ਉਹ ਤੁਹਾਨੂੰ ਦਿਖਾਵਾਂਗੇ ਅਗਲੇ ਵਲੋਗ 'ਚ ਲੱਗੂ, ਤੁਹਾਨੂੰ ਪਤਾ ਕਿਉਂਕਿ ਆਪਾਂ ਫਿਟਿੰਗ ਅਗਲੇ ਵਲੋਗ 'ਚ ਕਰਨੀ ਆ। ਪਲੇ ਤੋਂ ਬਿਨਾਂ ਤਾਂ ਕਲੱਚ ਪਲੇਟਾਂ 'ਚ ਤੁਸੀਂ ਅੱਜ ਪਾਈ ਕੱਲ੍ਹ ਨੂੰ ਉੱਡ ਜੂਗੀ ਜੇ ਕਲੱਚ 'ਚ ਪਲੇ ਨਹੀਂ ਹੋਈ, ਕਿਉਂਕਿ ਬਿਨਾਂ ਪਲੇ ਤੋਂ ਤਾਂ ਕਲੱਚ ਆਏ ਆ ਜਿਵੇਂ ਆਪਣਾ ਦੱਬਿਆ ਹੋਇਆ ਇੱਕ ਤਰ੍ਹਾਂ ਦਾ, ਉਵੇਂ ਤੁਰਦਾ ਟਰੈਕਟਰ। ਅਤੇ ਤਾਂ ਹੀ ਕਲੱਚ 'ਚ ਪਲੇ ਹੋਣੀ ਚਾਹੀਦੀ ਆ, ਉਹ ਤੁਹਾਨੂੰ ਦੱਸਾਂਗੇ। ਆਹ ਬੰਦਾ ਬਣ ਜਾ ਤੂੰ ਬੰਦਾ, ਇਹਦੀ ਜਿਹੜੀ ਮਾਂ ਹੁੰਦੀ ਸੀ ਆਪਣੇ ਕੋਲ ਉਹਦੀ ਵੀ ਆਹੀ ਹੱਥ ਸੀ, ਦੰਦੀਆਂ ਵੱਢਦੀ ਸੀ। ਆਹ ਦੇਖੋ ਇਹਦੀ ਵੀ ਉਹੀ ਆਦਤ ਲੈ ਦੋਵੇਂ ਜਣੀਆਂ। ਬਾਕੀ ਜਬਰ ਜੰਗ ਦਾ ਬੋਰਡ ਇੱਧਰ ਕਿਉਂ ਆ ਗਿਆ, ਇੱਧਰ ਕਿਹੜਾ ਜਬਰ ਜੰਗ ਆ, ਓਏ ਇਹਦਾ ਨਾਂ ਜਬਰ ਜੰਗ ਆ, ਜਬਰ ਜੰਗ ਤਾਂ ਆ ਖੜਾ ਬੋਰਡ, ਇਹਦਾ ਕਹਿੰਦੇ ਸਾਫ਼ ਕਰਨ ਵਾਲਾ ਬੋਰਡ ਕਾਫ਼ੀ ਪੁਰਾਣਾ ਹੋ ਗਿਆ। ਅਤੇ ਆਪਾਂ ਪੂਰਾ ਐਨ ਹਜੇ ਤਿਆਰ ਹੋ ਜਾਵੇ ਪੂਰਾ ਵਧੀਆ ਤਰੀਕੇ ਨਾਲ, ਇਹ ਆਪਾਂ ਨਾ ਜਿਵੇਂ ਉੱਤੇ ਐਂ ਵਧੀਆ ਤਰੀਕੇ ਨਾਲ ਪਤਾ ਲੱਗੇ ਘੋੜਿਆਂ ਦਾ, ਸਾਰੇ ਜਾਨਵਰਾਂ ਦਾ ਆਪਾਂ ਨਾਂ ਲਿਖਾ ਦਾਂਗੇ ਉਹਨਾਂ ਦੇ ਕਮਰੇ ਪੂਰੇ। ਮੋਟੂ ਤੈਂ ਵੀ ਲਿਖਾਉਣਾ ਨਾ ਉਹਦਾ, ਪਹਿਲਾਂ ਆਪਦਾ ਨਾਂ ਤਾਂ ਦੱਸ, ਮੋਟੂ ਕੋਈ ਨਾਂ ਹੁੰਦਾ। ਕਲੱਚ ਪਲੇਟ ਨੇ ਹੱਥ ਦੇਖੋ ਕਾਲੇ ਕਰਕੇ, ਇੱਧਰ ਤਿਆਗੀ ਤਿਆਗੀ ਹੁੰਦਾ ਨਾ ਕਿਉਂ ਬੈਠਾ। ਬਾਕੀ ਅੱਜ ਆਪਾਂ ਫਿਰ ਉਹ ਪ੍ਰੈਸ਼ਰ ਪਲੇਟ ਵੀ ਲੈਣ ਚੱਲਦੇ ਹਾਂ ਜਦੋਂ ਫੋਨ ਆ ਗਿਆ। ਅਤੇ ਰਾਣੋ ਉਹ ਰਾਣ ਆ ਜਾ ਬਾਹਰ ਖੇਡ ਲਾ ਮੋਟੂ ਨਾ ਦੋ ਘੜੀ, ਆ ਜਾ ਦੇਖੋ ਦੇਖੋ ਸਪੀਡ ਚੈੱਕ ਕਰੋ ਕਹਿੰਦੇ। ਓਹੋ ਮੋਟੂ ਹਟ ਜਾ, ਉਹਨੂੰ ਤੰਗ ਕਰਦਾ ਜਵਾਕੜੀ ਨੂੰ। ਓ ਜੀ ਅਹਿਮਦਗੜ੍ਹ ਮੰਡੀ ਪਹੁੰਚ ਗਏ, ਆਹ ਦੇਖੋ ਫੇਸ ਬਣਦਾ ਪ੍ਰੈਸ਼ਰ ਪਲੇਟ ਦਾ, ਕਰੋ ਚੈੱਕ ਐਵੇਂ ਯਾਰ ਵਧੀਆ ਇਹਦਾ ਕੰਮ ਹੋ ਜਾਣਾ ਨਾ ਜੀ ਪੂਰਾ। ਇਹਦਾ ਫਿਰ ਇਹ ਬਣਾਉਣਾ ਤਾਂ ਜ਼ਰੂਰੀ ਸੀ, ਨਹੀਂ ਫੇਰ ਪਲੇਟਾਂ ਦਾ ਉਹੀ ਕੰਮ ਹੋ ਜਾਣਾ ਸੀਗਾ। ਹੁਣ ਇੱਕ ਲੈਨ ਹੋ ਗਿਆ ਆਊਟ ਨਾ, ਫਿਰ ਉਸ ਟੇਢੀਆਂ ਮੇਢੀਆਂ ਘਾਲਦੀਆਂ ਨੇ, ਐਵੇਂ ਬਣਦਾ ਹੁੰਦਾ ਫੇਰ ਕੱਲੀਆਂ ਚੰਗਿਆੜੀਆਂ ਪੂਰਾ ਓਕੇ ਆ। ਬਾਕੀ ਸਮਾਨ ਆਪਣਾ ਪਹੁੰਚ ਗਿਆ, ਕੱਲ੍ਹ ਨੂੰ ਟਰੈਕਟਰ ਸਾਰਾ ਫਿੱਟ ਕਰ ਦੇਣਾ, ਆਹ ਫੇਸ ਲੈ ਕੇ ਚੱਲਦੇ ਹਾਂ ਫਿਰ।
ਲਓ ਜੀ ਫੇਸ ਆਪਣਾ ਪੂਰਾ ਕੰਪਲੀਟ ਆ, ਚੈੱਕ ਕਰੋ ਕਹਿੰਦੇ ਫਿਨਿਸ਼ਿੰਗ ਪੂਰੀ ਐਨ ਸਿਰਾ ਕਰਾਤਾ ਸਾਰੇ ਪਾਸੋਂ ਈਵਨ ਕਰਤਾ। ਲਓ ਜੀ ਮੇਰੇ ਵੀਰੋ ਅਤੇ ਫੇਸ ਆਪਣਾ ਪੂਰਾ ਕੰਪਲੀਟ ਆ ਜਿਵੇਂ ਕਿ ਦਿਖਾਤਾ। ਬਾਕੀ ਇਹ ਕੰਮ ਆਪਾਂ ਮੰਡੀਓ ਕਰਾਇਆ ਬਾਈ ਹੁਣਾਂ ਤੋਂ। ਬਾਈ ਆਪਣਾ ਦੱਸ ਦਿਓ ਨਾਮ ਵਗੈਰਾ, ਨਾਂ ਪਤਾ ਦੱਸ ਦਿਓ। ਸਾਰਾ ਕੁਝ ਹਾਈਡ੍ਰੋਲਿਕ ਦਾ ਆਪਾਂ ਜਦੋਂ ਚੈੱਕ ਦਾ ਕੰਮ ਵੀ ਉਰੋਂ ਕਰਾਇਆ ਸੀ ਅਤੇ ਹੁਣ ਆਹ ਸਫਾਈ ਚੈੱਕ ਕਰੋ। ਆਹ ਫੇਸ ਵੀ ਮੈਚ ਕਰਤੇ ਸਾਰਾ, ਐਨ ਓਕੇ ਰਿਪੋਰਟਾਂ ਕਰਤੀਆਂ। ਬਾਕੀ ਤੁਹਾਨੂੰ ਬੋਰਡ ਦਿਖਾ ਦਿੰਦੇ ਹਾਂ, ਨੰਬਰ ਨੰਬਰ ਚੱਕ ਲਓ ਉਰੋਂ ਅਤੇ ਜੇ ਕੋਈ ਵੀ ਕੰਮ ਕਰਾਉਣਾ ਹੋਊ ਕਰਾ ਸਕਦੇ। ਆਹ ਦੇਖੋ ਆਹ ਥੱਲੇ ਨੰਬਰ ਲਿਖੇ ਹੋਏ, ਧੂਰਕੋਟ ਰੋਡ 'ਤੇ ਆ ਇਹ। ਮੈਂ ਆਪਣਾ ਪਿੰਡ ਇੱਥੋਂ ਸਿੱਧਾ ਹੀ ਆ ਜੋਧਾ, ਇਹ ਪੂਰਾ ਐਨ ਬਾਈ ਉਹਨਾਂ ਨੇ ਸਿਰਾ ਕੰਮ ਕਰਾਇਆ। ਅਤੇ ਚਲੋ ਠੀਕ ਆ ਜੀ, ਫਿਰ ਮਿਲਦੇ ਹਾਂ ਗਾਂਹ ਨੂੰ ਜੇ ਕੋਈ ਕੰਮ ਕਰਾਂਗੇ ਆਪਾਂ ਥੋਤੋਂ ਕਰਾਵਾਂਗੇ ਫਿਰ ਦਿਖਾਵਾਂਗੇ। ਠੀਕ ਆ ਜੀ, ਓਕੇ ਜੀ ਓਕੇ। ਲਓ ਜੀ ਆਹ ਕਾਰ ਦੀ ਆਪਾਂ ਗ੍ਰਿੱਲ ਲਈ ਐੱਲ ਈ ਡੀ ਲੈਂਪ ਜੀ ਲਿਆਏ ਹਾਂ, ਇਹ ਵਾਧੂ ਪਏ ਜੀ ਸਸਤੇ ਹੀ ਮਿਲ ਗਏ ਸਾਨੂੰ, ਰੇਟ ਨਹੀਂ ਦੱਸਣਾ ਕਿਉਂ ਚੱਲ। ਅਤੇ ਆਹ ਚੈੱਕ ਕਰੋ ਕਹਿੰਦੇ ਇਹ ਸੀਗੇ ਇਹਦਾ ਪਲੱਗ, ਦੇਖ ਲਾ ਕਿੰਨਾ ਜਗਾੜ ਦਿੱਤਾ ਸੀ, ਪਰ ਆਹ ਪਏ ਨੇ ਪਲੱਗ ਤੋੜ ਕੇ, ਵਿੱਚ ਫਿੱਟ ਨਹੀਂ ਆਉਂਦੀਆਂ ਸੀਗੀਆਂ ਆਪਾਂ ਪਲੱਗ ਤੋੜਤੇ। ਅਤੇ ਆਹ ਵਧੀਆ ਨਾ ਚੀਜ਼ ਹੈ ਨਾ, ਇੱਕ ਤਾਰ 'ਤੇ ਹੋ ਜਾਣਗੇ ਸਾਰੇ, ਇੱਥੋਂ ਤੋੜ ਕੇ ਆਪਾਂ ਡਾਇਰੈਕਟ ਤਾਰਾਂ ਕਰ ਦਿੰਦੇ, ਤਾਰ ਹੈਵੀ ਆ ਪੂਰੀ। ਬਾਕੀ ਕਰਦੇ ਹਾਂ ਦੇਖਦੇ ਹਾਂ, ਜੇ ਆਪਾਂ ਹੀ ਵਾਇਰਿੰਗ ਕਰਦੀ ਫਿਰ ਤਾਂ ਹੋ ਹੀ ਜਾਣਾ ਕੰਮ, ਬੱਲੇ ਬੱਲੇ ਆ। ਹਾਂਜੀ ਸਾਡੇ ਨਾਲ ਸੰਪਰਕ ਕਰੋ, ਆਹ ਸਾਡਾ ਨੰਬਰ ਆ ਮੇਰੇ ਵੀਰੋ, ਜੇ ਕਿਸੇ ਨੇ ਮੋਡੀਫਾਈ ਕਰਾਉਣਾ ਆਹ ਨੰਬਰ 'ਤੇ ਹੁਣੇ ਫੋਨ ਲਾਓ, ਸਪੈਮ ਕਾਲਾਂ ਆਉਣ ਸਾਨੂੰ ਫਿਰ ਅਸੀਂ ਕੰਮ ਕਰਾਂਗੇ। ਹੈਂ ਫੋਨ 'ਤੇ ਫੋਨ, ਫੋਨ 'ਤੇ ਫੋਨ, ਇੱਧਰ ਕਾਰਡ 'ਤੇ ਵੀ ਲਿਖਿਆ ਹੋਇਆ ਫੋਨ 'ਤੇ ਫੋਨ ਲਾਈ ਚੱਲੋ, ਚਾਹੇ ਹਨੇਰਾ ਹੋਵੇ ਸਵੇਰ ਮੇਰੇ ਕੋਲ ਹੀ ਆ ਪੱਕਾ। ਉਹ ਦੇਖ ਲਓ ਲਾ ਪੱਟੀ ਜਾਂਦਾ। ਲਓ ਜੀ ਹੁਣ ਫਿਟਿੰਗ ਕਰਾਉਣ ਆ ਗਏ, ਬਸ ਆਪਾਂ ਉਹ ਲਵਾਉਣੇ ਆ ਹੁਣ, ਬਸ ਇਕੱਲਾ ਪਲੱਗ ਦਿਖਾਉਂਦੇ ਹਾਂ ਤੁਹਾਨੂੰ। ਲਓ ਜੀ ਕਹਿੰਦੇ ਜਿਹੜੀ ਚਿੱਟੀ ਨੀ ਟੇਪ ਉਹਦੇ ਉੱਤੋਂ ਦੀ ਨਾ ਆਪਾਂ ਕਾਲੀ ਫੇਰਦੇ ਹਾਂ, ਕਿਉਂਕਿ ਇਹ ਥੱਲਿਓਂ ਚਮਕਦੀ ਵਾਲੀ ਹੈ ਚਿੱਟੀ ਅੱਟ ਕੇ ਇਹ। ਅਤੇ ਆਹ ਜਿਹੜੀਆਂ ਆਪਣੀਆਂ ਪਹਿਲਾਂ ਲਾਈਆਂ ਸੀ ਉਹਦੀਆਂ ਤਾਰਾਂ ਪਈਆਂ ਨੇ, ਇਹ ਤਾਰਾਂ ਜੀਆਂ ਕੱਢ ਹੀ ਦਿੰਦੇ ਹਾਂ ਆਪਾਂ ਇੱਧਰੋਂ ਖੋਲ੍ਹਦੇ, ਅਤੇ ਲੋੜ ਤਾਂ ਹੈ ਨਹੀਂ ਇਹਨਾਂ ਦੀ ਕਿਉਂਕਿ। ਹਾਂਜੀ ਮੇਰੇ ਵੀਰੋ ਅਤੇ ਆਪਾਂ ਘਰੇ ਪਹੁੰਚ ਚੁੱਕੇ ਹਾਂ, ਆਹ ਪਈ ਆ ਪ੍ਰੈਸ਼ਰ ਪਲੇਟ ਅਤੇ ਆਹ ਬਾਕੀ ਗੋਲਡੀਅਰ ਵਾਲਾ ਸਮਾਨ ਆਪਾਂ ਗੱਡੀ 'ਚ ਧਰ ਲਿਆ ਸੀਗਾ, ਅਤੇ ਹੁਣ ਸਵੇਰੇ ਲੈ ਕੇ ਚੱਲਾਂਗੇ, ਕੱਲ੍ਹ ਨੂੰ ਸਾਰੀ ਫਿਟਿੰਗ ਕਰਾ ਦੇਣੀ ਆ। ਬਾਕੀ ਲਾਈਟਾਂ ਦੀ ਲੁੱਕ ਦੱਸੋ ਕਿਵੇਂ ਆ, ਦੇਖੋ ਬਣਦੀ ਆ ਗੱਲ ਪੂਰੀ, ਘੈਂਟ ਲੱਗਦੀਆਂ ਲੱਗੀਆਂ ਹੋਈਆਂ, ਦੇਖੋ ਗੱਲਬਾਤ ਸਿਰਾ ਬਣ ਗਈ ਆ, ਜਗਮਗ ਜਗਮਗ ਹੁੰਦੀਆਂ ਵਾ। ਗੇਟ ਖੋਲ੍ਹਦਾ ਗੱਡੀ ਆਪਾਂ ਅੰਦਰ ਲਾ ਕੇ ਫਿਰ ਚੱਲਦੇ ਅੰਦਰ, ਅਤੇ ਕੱਲ੍ਹ ਨੂੰ ਆਪਾਂ ਟਰੈਕਟਰ ਫਿੱਟ ਕਰਾ ਦੇਣਾ ਸਾਰਾ, ਅਤੇ ਐਨ ਓਕੇ ਰਿਪੋਰਟਾਂ ਕਰਾ ਦੇਣੀਆਂ ਕੱਲ੍ਹ ਨੂੰ। ਜੌਨ ਡੀਅਰ ਦੁਬਾਰੇ ਆਪਾਂ ਘਰੇ ਲੈ ਆਉਣਾ, ਗ੍ਰੀਨ ਹੋਰਸ ਕਾਫੀ ਦਿਨ ਹੋ ਗਏ ਹੁਣ ਤਾਂ ਉਹਨੂੰ ਗਏ ਹੋਏ ਨੂੰ, ਲਾਈਟਾਂ ਲਾ ਲਈਏ। ਅਤੇ ਚਲੋ ਫਿਰ ਪ੍ਰੈਸ਼ਰ ਪਲੇਟ 'ਤੇ ਉਹਦਾ ਸਮਾਨ ਆ ਪਿਆ ਮਗਰ, ਸਾਰਾ ਸਮਾਨ ਪਿਆ, ਗੱਡੀ ਆਪਾਂ ਲਾ ਦਈਏ ਅੰਦਰ, ਅਤੇ ਹੁਣ ਸਭ ਨੂੰ ਮਿਲਦੇ ਹਾਂ ਆਪਾਂ ਸਵੇਰੇ। ਅਤੇ ਅੱਜ ਦਾ ਵਲੋਗ ਆਪਾਂ ਉਰੇ ਐਂਡ ਕਰਦੇ ਹਾਂ, ਅਤੇ ਸਭ ਨੂੰ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ।